ਹਾਂ ਦੋਸਤੋ ਮੈਂ ਤੁਹਾਡਾ ਆਪਣਾ ਵੀਰੂ ਗੁੜੇ ਇੱਕ ਵਾਰ ਫਿਰ ਆਪਾਂ ਥੋੜ੍ਹਾ ਜਿਹਾ ਕ੍ਰਿਕਟ ਤੋਂ ਹਟ ਕੇ ਇੱਕ ਅਲੱਗ ਬਲੌਗ ਤੁਹਾਨੂੰ ਬਣਾਵਾਂਗੇ ਔਰ ਤੁਹਾਡੇ ਰੂਬਰੂ ਕਰਾਂਗੇ। ਕ੍ਰਿਕਟ ਤੋਂ ਇਲਾਵਾ ਆਪਾਂ ਤੁਹਾਨੂੰ ਬੱਚਿਆਂ ਦੇ ਅੱਜ ਪਹੁੰਚੇ ਹੋਏ ਹੈਬੋਲ ਕਲਾਂ ਦੇ ਵਿੱਚ ਜਿੱਥੇ ਕਿ ਛੋਟੇ ਛੋਟੇ ਬੱਚਿਆਂ ਦਾ 14 ਸਾਲ ਤੱਕ ਬੱਚਿਆਂ ਦਾ ਖੇਡ ਮੇਲਾ ਕਰਾਇਆ ਜਾ ਰਿਹਾ ਜਿਸ ਦੇ ਵਿੱਚ ਬੱਚਿਆਂ ਦੀਆਂ ਕ੍ਰਿਕਟ ਦੌੜਾਂ ਕਬੱਡੀ ਔਰ ਹਰ ਹੀ ਤਰ੍ਹਾਂ ਦੀਆਂ ਗੇਮਾਂ ਖੇਡੀਆਂ ਜਾਣਗੀਆਂ। ਅਸੀਂ ਧੰਨਵਾਦ ਕਰਾਂਗੇ ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਯਾਦ ਵਿੱਚ ਜ਼ਿੰਦਗੀ ਯੂਥ ਫੈਡਰੇਸ਼ਨ ਵੱਲੋਂ ਦੂਸਰਾ ਬੱਚਿਆਂ ਦਾ ਸ਼ਾਨਦਾਰ ਖੇਡ ਮੇਲਾ ਕਰਵਾਇਆ ਜਾ ਰਿਹਾ ਵਾ ਜਿਹਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਵਿਨੋਦ ਅਖਤਰ ਜੀ ਸਮਾਜ ਸੇਵਕ, ਗੁਰਪ੍ਰੀਤ ਬੱਸੀ ਜੀ ਗੋਗੀ MLA ਸਾਹਿਬ, ਦੀਪਕ ਅਗਰਵਾਲ ਜੀ, ਐਡਵੋਕੇਟ ਸੂਰਜ ਕਸ਼ਪ ਜੀ, ਐਡਵੋਕੇਟ ਨੀਰਜ ਕੁਮਾਰ ਜੀ, ਅਰਜੁਨ ਸ਼ਰਮਾ ਜੀ, ਵਿਕਾਸ ਕਸ਼ਪ ਜੀ, ਪਵਨ ਸ਼ਰਮਾ ਜੀ, ਸਮੀਰ ਸ਼ਰਮਾ ਜੀ, ਧਰਮਪਾਲ ਬਾਲਕੀ ਜੀ, ਵਿਸ਼ਾਲ ਬੱਤਰਾ ਜੀ, ਸੋਨੂੰ ਜੀ, ਹੋਰ ਵੀ ਬਹੁਤ ਪ੍ਰਬੰਧਕ ਸੱਜਣਾਂ ਨੇ ਸਹਿਯੋਗ ਦਿੱਤਾ, ਪਿਆਰ ਦਿੱਤਾ ਔਰ ਬੱਚਿਆਂ ਨੂੰ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਬਹੁਤ ਪ੍ਰੇਰਿਤ ਕਰ ਰਹੇ ਨੇ। ਤੋ ਨਾਲ ਹੀ ਅਸੀਂ ਮਿਲਾਵਾਂਗੇ ਸਾਡੀ ਸਾਰੀ ਹੀ ਪ੍ਰਬੰਧਕ ਕਮੇਟੀ ਦਾ ਜੀ। ਧੰਨਵਾਦ ਤੁਹਾਡਾ ਬਹੁਤ ਬਹੁਤ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ ਜੀ। ਸਾਡੇ ਵਿਨੋਦ ਅਖਤਰ ਜੀ, ਵਿਨੋਦ ਅਖਤਰ ਜੀ ਤੁਸੀਂ ਬਹੁਤ ਹੀ ਵਧਾਈ ਦੇ ਪਾਤਰ ਹੋ ਜਿਹਨਾਂ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਕਿਉਂਕਿ ਅੱਜ ਕੱਲ੍ਹ ਯੰਗ ਪੀੜ੍ਹੀ ਜੋ ਕਿ ਨਸ਼ਿਆਂ ਦੀ ਦੌੜ ਦੇ ਵਿੱਚ ਵੱਧਦੀ ਜਾ ਰਹੀ ਆ ਔਰ ਇੱਕ ਸਭ ਤੋਂ ਵੱਡਾ ਨਸ਼ਾ ਜਿਹੜਾ ਕਿ ਅੱਜ ਕੱਲ੍ਹ ਦੇ ਬੱਚਿਆਂ ਨੂੰ ਪਤਾ ਹੀ ਨਹੀਂ ਲੱਗ ਰਿਹਾ, ਮਾਂ ਪਿਓ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਉਹਨਾਂ ਨੂੰ ਇਹ ਸਾਡੇ ਬੱਚੇ ਉਸ ਨਸ਼ੇ ਦੀ ਲਪੇਟ ਵਿੱਚ ਪੈ ਰਹੇ ਨੇ, ਉਹ ਹੈਗਾ ਮੋਬਾਈਲ ਦਾ ਨਸ਼ਾ। ਕੋਈ ਛੋਟੇ ਛੋਟੇ ਬੱਚਿਆਂ ਨੂੰ ਮਾਵਾਂ ਪਿਤਾ ਜੋ ਵੀ ਹੈਗੇ ਆ ਘਰ ਦੇ ਪਰਿਵਾਰਕ ਮੈਂਬਰ ਆ ਜਿਹੜੇ ਉਹ ਮੋਬਾਈਲ ਫੜਾ ਦਿੰਦੇ ਕਿ ਬੱਚਾ ਖੇਡ ਲਵੇ, ਟਾਈਮ ਪਾਸ ਕਰ ਲਵੇ, ਸਾਡਾ ਮਤਲਬ ਖੇੜਾ ਛੱਡੇ। ਪਰ ਤੁਸੀਂ ਇੱਕ ਵਧੀਆ ਉਪਰਾਲਾ ਕੀਤਾ ਬੱਚਿਆਂ ਨੂੰ ਗੇਮਾਂ ਨਾਲ ਜੋੜਨ ਦੇ ਖਾਤਰ, ਗਰਾਊਂਡ ਵਿੱਚ ਜੋੜਨ ਦੀ ਖਾਤਰ, ਤੁਸੀਂ ਵਧਾਈ ਦੇ ਪਾਤਰ ਹੋ। ਔਰ ਇਸ ਜਿਹੜੀ ਤੁਸੀਂ ਉਪਰਾਲਾ ਕੀਤਾ ਵਾ ਜਿਹੜੇ ਹੋਰ ਪਿੰਡਾਂ ਨੂੰ ਸ਼ਹਿਰਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋ? ਅਸੀਂ ਜਿਹੜੀ ਆਹ ਸਾਡਾ ਸੰਗਠਨ ਬਣਿਆ ਵਾ, ਮੇਰੇ ਵੱਡੇ ਵੀਰ ਦੀਪਕ ਅਗਰਵਾਲ ਜੀ ਹੈ, ਅਰਜੁਨ ਸ਼ਰਮਾ ਜੀ ਹੈ, ਧਰਮਪਾਲ ਜੀ ਹੈ, ਸਮੀਰ ਵਰਮਾ ਜੀ ਹੈ, ਪ੍ਰਧਾਨ ਜੀ ਹੈ, ਰਵਿੰਦਰ ਜੀ ਹੈ। ਸਾਡਾ ਇਹ ਮੋਟਿਵ ਹੈ ਕਿ ਅਸੀਂ ਮੋਬਾਈਲ ਤੋਂ ਬੱਚਿਆਂ ਨੂੰ ਦੂਰ ਕਰੀਏ, ਜੋ ਕਿ ਅੱਜ ਤੋਂ 20-25 ਸਾਲ ਪਹਿਲਾਂ ਬੱਚੇ ਖੇਡਾਂ ਖੇਡਦੇ ਸੀਗੇ। ਅੱਜ ਸਾਡੇ ਦੋਸਤ ਜਿਹੜੇ ਖੇਡਾਂ ਖੇਡਦੇ ਸੀਗੇ ਸਪੋਰਟਸ ਕੋਟੇ ਦੇ ਵਿੱਚੋਂ ਦੀ, ਕੋਈ ਅੱਜ DSP ਲੱਗਾ ਹੋਇਆ, ਕੋਈ ACP ਲੱਗਾ ਹੋਇਆ ਵਾ, ਕੋਈ IPS ਆਫਿਸਰ ਬਣ ਗਿਆ। ਅਸੀਂ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਸਾਡੀ ਪੂਰੀ ਸਮੁੱਚੀ ਟੀਮ, ਬਈ ਸਪੋਰਟਸ ਨੂੰ ਅੱਗੇ ਲੈ ਕੇ ਚੱਲੋ। ਸਪੋਰਟਸ ਇੱਕ ਮਤਲਬ ਜ਼ਰੀਆ ਹੈਗਾ ਬੰਦੇ ਨੂੰ ਉੱਪਰ ਤੱਕ, ਤਰੱਕੀ ਤੱਕ ਲੈ ਕੇ ਜਾਣ ਤੱਕ ਦਾ। ਅੱਜ ਸਪੋਰਟਸ ਕੋਟੇ ਦੇ ਵਿੱਚੋਂ ਦੀ ਜਿਹੜੇ ਜਿਹੜੇ ਆਫਿਸਰ ਬਣੇ ਆ, ਮੇਰੇ ਵੀਰ SHO ਬਣੇ ਆ, ਹੋਰ ਆਫਿਸਰ ਬਣੇ ਆ, ਉਹ ਵੀ ਇਸ ਖੇਡ ਮੇਲੇ ਦੇ ਵਿੱਚ ਪਹੁੰਚ ਕੇ ਬੱਚਿਆਂ ਨੂੰ ਮੋਟੀਵੇਟ ਕਰਨਗੇ। ਥੈਂਕ ਯੂ ਵਿਨੋਦ ਜੀ। ਵਿਨੋਦ ਜੀ, ਵੈਸੇ ਤੁਸੀਂ ਅੱਜ ਕਿਹੜਾ ਤੁਸੀਂ ਖੇਡ ਮੇਲਾ ਕੀਤਾ, ਇਸ ਵਿੱਚ ਬੱਚਿਆਂ ਨੂੰ ਕਿਸ ਐਕਟੀਵਿਟੀ ਪਾ ਰਹੇ ਹੋ? ਇਹ ਅਸੀਂ ਸ਼ੁਰੂਆਤ ਕੀਤੀ ਹੈ ਜਿੱਦਾਂ ਕਿ 11 ਰੇਸ ਹੋ ਗਈ ਹੈ, ਮਿਊਜ਼ਿਕ ਚੇਅਰ ਹੋ ਗਈ ਹੈ, ਐਥਲੀਟ ਹੋ ਗਈ ਹੈ, ਕ੍ਰਿਕਟ ਹੋ ਗਈ ਹੈ, ਹੋਰ ਅੰਨੀਆਂ ਖੇਡਾਂ ਜਿਹੜੀਆਂ ਬੱਚਿਆਂ ਦੇ ਰਿਲੇਟਡ ਹੈਗੀ ਹੈ, ਬੱਚਿਆਂ ਨੂੰ ਚੰਗੀ ਸੇਧ ਦਊਗੀ, ਉਹ ਅਸੀਂ ਕਰਾ ਰਹੇ ਹਾਂ ਜੀ। ਧੰਨਵਾਦ ਤੁਹਾਡਾ ਬਹੁਤ ਬਹੁਤ ਕਮੇਟੀ ਦਾ ਜੀ। ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਸਾਰੇ ਪਾਸੇ ਜੀ। ਸਾਡੇ ਨਰਿੰਦਰ ਭਾਅ ਜੀ ਬਹੁਤ ਵਧੀਆ ਬੁਲਾ ਰਹੇ ਨੇ ਪੰਜਾਬੀ ਮਾਂ ਬੋਲੀ ਦੇ, ਜਿੱਥੇ ਵੀ ਦੇਖਦੇ ਆ ਬਹੁਤ ਵਧੀਆ ਆਪਣੀ ਸੇਵਾਵਾਂ ਦੇ ਰਹੇ ਨੇ ਨਰਿੰਦਰ ਭਾਅ ਜੀ। ਦੇਖੋ ਜੀ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਪ੍ਰਬੰਧ ਬੱਚਿਆਂ ਦਾ ਜੀ, ਟਰਾਫੀਆਂ ਵਾ ਜੀ, ਬੱਚਿਆਂ ਦੇ ਸਨਮਾਨ ਵਾਸਤੇ, ਬੱਚਿਆਂ ਦੇ ਹੌਸਲੇ ਵਾਸਤੇ ਟਰਾਫੀਆਂ ਬਣੀਆਂ, ਬਹੁਤ ਵਧੀਆ ਜੀ। ਤੋ ਸਾਡੇ ਜੈ ਸੂਰੀਆ ਜੀ ਕ੍ਰਿਕਟ ਦੇ ਪਵਾਣੀ ਦੀ ਸੇਵਾ ਨਿਭਾਉਂਦੇ ਆ ਜੀ। ਇੱਧਰ ਦੇਖੋ ਬੱਚੇ, ਛੋਟੇ ਛੋਟੇ ਬੱਚੇ, ਬਹੁਤ ਵਧੀਆ ਵਾ, ਇੰਜੋਏਮੈਂਟ ਪੂਰਾ ਫੁੱਲ ਹੋ ਰਿਹਾ ਜੀ ਬੱਚਿਆਂ ਦਾ। ਇੱਧਰ ਕ੍ਰਿਕਟ ਦੇ ਵੀ ਛੋਟੇ ਛੋਟੇ ਉਪਰਾਲੇ ਹੋਣਗੇ ਜੀ ਬੱਚਿਆਂ ਦੇ, ਤੁਸੀਂ ਦੇਖ ਸਕਦੇ ਹੋ। ਕਿਹੜਾ ਪਿੰਡ ਹੈ ਤੇਰਾ? ਪੰਜਾਬ, ਠੀਕ। ਕੀ ਨਾਮ ਆ, ਨਾਮ ਕੀ ਹੈ ਤੇਰਾ? ਅਨਮੋਲ। ਕੀ ਅੱਜ ਕੀ ਖੇਡ, ਅੱਜ ਕਿਹੜੀ ਐਕਟੀਵਿਟੀ? ਕ੍ਰਿਕਟ ਲੈਣਾ? ਅੱਛਾ, ਜਿੱਤ ਕੇ ਜਾਣਾ ਵਾ, ਠੀਕ ਆ, ਗੁੱਡ ਆ, ਗੁੱਡ। ਕੀ ਖੇਡਦਾ ਕ੍ਰਿਕਟ? ਬੋਲਦੇ ਨਾ ਕਿ ਬੈਟਸਮੈਨ ਆ, ਬੈਟਿੰਗ ਕਰਦਾ, ਠੀਕ ਆ। ਆ ਜਾਓ, ਆ ਜਾਓ, ਆ ਜਾਓ, ਠੀਕ ਹੈ, ਠੀਕ ਆ। ਪੂਰੀ ਤੁਹਾਡੀ ਇਹ ਪੂਰੀ ਕ੍ਰਿਕਟ ਦੀ ਟੀਮ, ਇਹ ਪੂਰੀ ਪੂਰੀ ਟੀਮ ਆ, ਪੂਰਾ ਨਜ਼ਾਰਾ ਲੈਂਦੇ ਆ ਜਵਾਕ, ਦੇਖੋ ਜੀ, ਠੀਕ ਹੈ, ਠੀਕ ਹੈ, ਠੀਕ ਹੈ।
लो जी पूरी मस्ती है जी, मचे मन के सच्चे है जी, तुम देख सकते हो बहुत वधिया। आप अच्छा शांत बैठा, की गल होगी? कुछ नहीं जी। तेरा रामदीप? कितों आया? काली माता मंदिर से कोलो। की खेलना आज? क्रिकेट। बड़ा होके की बनेगा? क्रिकेट। की बनेगा? बड़ा होके बताइए की बनूंगा। चुराया नहीं, बड़ा होके पापा। ठीक है देखो आ जाओ, लो लो पूरा पूरा फुल फुल सवाल लेंदे आ। इधर साडे नरेंद्र, नरेंद्र प्रताप दे शहजादा जी। गुरशान। शान की खेडन आया? आज मैं खेडन आया सी, आज मैं खेडन आया सी, दौड़ लाउन आया सी आज मैं। इधर साडे गैवन जी, गैवन की हाल है? गैवन कित्थों आया तू? चलो खेडो, बहुत वधिया जी। आ मुंडा ए मुंडा प्रॉपर किट बच आया, ठीक है गोडा गोडा इंजॉय करो अपना लाइफ। इधर देखो जी बच्चे पूरा इंजॉय करते पे ने। लो जी हम हथ दौड़ा शुरू हो रही हैं, 7 साल तो लैके 10 साल के बच्चों दी जी। बच्चे लाइन दे लाइन अप हो रहे ने। लाइन अप हो रहे ने बच्चे जी, देखो 7 साल तो लैके 10 साल के दौड़ा हो रही। बहुत बहुत धन्यवाद जी, बहुत बहुत शुरू हो रहे जी। देखो जी बड़े प्यारे छोटे छोटे बच्चे ने। लो जी बहुत इंट्रस्टिंग रेस शुरू होने लगी, सैक रेस बोरी दे विच पा के अपने आप नूं भजना वा जी बच्चों ने। हेलो अरमान जी, नरेंद्र दा मुंडा वा जी, देखो आ देखो निक्का जिहा जी। की नाम है तेरा? सिद्धार्थ। सिद्धार्थ ठीक है। तेरा की नाम है? गगनदीप सिंह। लो जी निक्के निक्के जवाक आ, देख सकते हो बहुत इंटरेस्टिंग रेस होगी जी ये वाली।
ममिक्री दे विच भई मेरे अख्तर भरा ने बहुत बहुत बधाइया तुम दसा मैं आ निके निके जवाक आए बोरियां विच कि लुकते फिरते ओए होए ओए मैं क्या कमाल ही होगी ओए मैं क्या चकते फटे अख्तर वो तेरी टीम बड़ी बढ़िया काम कर रही है ओए मैं क्या है कि ना भाई और जिसके जिसके बच्चे हैं अपने बच्चे संभाल के रखना कभी बाद में ढूंढो मेरी मम्मी मेरे पापा कहाँ गए गन्ना चूस के। थैंक यू वेरी मच। प्रबंधक कमेटी रेस होने जा रही है जी, बहुत इंट्रस्टिंग रेस है देखने वाली है, तो मज़ा आएगा देखने का स्वाद आएगा, तो ब्लॉग ना बने रहे हो जुड़े रहे हो जी, बहुत सोहनी रेस प्रबंधक कमेटी हो रही है जी। ये गुब्बारे हर क्या फैसला पहली बार आ रहे तेनों
राजा खेला लिख रहा लिख रहा कुछ चढ़ जाके ऐडा करो ऐडा करो ऐडा करो करो सारे बच्चे अपने की तालियां जोर ना मार दे एक बार ये सारे दे सारे बच्चे बहुत बहुत बधाई जो पात्र है हमारी तो खेड मिले उम्र इन्हों सारे का जरा बढ़ता मान सम्मान तो प्रबंधक कमेटी वालों किया जा रहा है बहुत वो मान पड़ा धन्य मापे जिन्होंने इन्होंने प्रबंधक कमेटी वालों जो सम्मान किए जा रहे हैं अभी बहुत वही मुबारक बना परमात्मा चढ़ती कला च रखे माता पिता की गोदी का सम्मान बना के रखे इस तरह आने साल भी खेल मेले का इस तरह सम्मान बन रहे भाजी बहुत वही।